खैर मखदम, मैं गुरमिंदर सिंह समत पंजाब नवा दे इस मंच से आप सब का स्वागत है। पब्लिक एडमिनिस्ट्रेशन इस वेले जो सब तो वड्डी मुश्किलात पंजाब सरकार नूं ते खास करके साढ़े मुख्यमंत्री साहब नूं आ रही है, वह पब्लिक एडमिनिस्ट्रेशन दे विच किहड़े फैसले लैने ने, किस तरीके के फैसले लैने ने और कदों लैने, ये बड़ा इंपॉर्टेंट है क्योंकि सजरी नवी सरकार हैगी है। कोई कहण विच और कोई मन्नण विच वी उन्हां नूं इह माड़ी नहीं होनी चाहिए गल कि नवे हैगे ने, पोलिटिकल तजर्बे एडमिनिस्ट्रेशन दे तजर्बे घट ने और आईएएस लॉबी इस वेले पूरे दी पूरी भारू होण दी कोशिश विच है। उस वेले पंजाब नवां दी कोशिश है पंजाब सरकार दी मदद करन लई या उन्हां दी जो कोशिश हैगी है पंजाब नूं वधिया बनाउण दे लई, उहदे विच साडे वल्लों सहयोग है कि पंजाब सरकार जो फैसले लै रही है, जो वड्डे फैसले लै रही है, ਉਹਦੀ ਕੀ ਅਹਿਤਿਆਤ ਰੱਖੇ ਔਰ ਇਸ ਦੇ ਲਈ ਸਾਡੇ ਨਾਲ ਬਹੁਤ ਹੀ ਖਾਸ ਬਹੁਤ ਹੀ ਬੇਸ਼ਕੀਮਤੀ ਇਨਸਾਨ ਜਿਨ੍ਹਾਂ ਨੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਖਾਸ ਕਰਕੇ ਘੱਟੋ ਘੱਟ ਜ਼ਿਆਦਾ ਨਹੀਂ ਤਾਂ 3 ਤੋਂ 4 ਦਹਾਕੇ ਆਪਣੀ ਪੂਰੀ ਉਮਰ ਲਗਾ ਦਿੱਤੀ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਉੱਪਰ ਆਪਣੇ ਤਜਰਬੇ ਕਰਨ ਲਈ, ਪੜ੍ਹਾਈ ਕਰਾਉਣ ਲਈ ਔਰ ਖੋਜ ਕਰਨ ਲਈ। ਡਾਕਟਰ ਸੁਰੇਸ਼ ਸ਼ਰਮਾ, ਬਹੁਤ ਸਵਾਗਤ ਹੈ ਸਰ ਤੁਹਾਡਾ ਪੰਜਾਬ ਨਾਵਾਂ ਦੇ ਸਟੂਡੀਓ ਦੇ ਵਿੱਚ। ਥੈਂਕ ਯੂ ਸਮਝ ਜੀ। ਮੈਂ ਡਾਕਟਰ ਸ਼ਰਮਾ ਜੀ ਤੁਹਾਨੂੰ ਥੋੜਾ ਜਿਹਾ ਦੱਸਾਂ ਕਿ ਇਹਨਾਂ ਨੇ ਪੰਜਾਬ ਦੇ ਸਾਰੇ ਹੀ ਵੱਡੇ ਸਰਕਾਰੀ ਕਾਲਜਾਂ ਦੇ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ ਕਰਾਈ ਹੈ ਔਰ ਅੱਜ ਕੱਲ ਇੱਕ ਐਨਜੀਓ ਦੇ ਨਾਲ ਦਿੱਲੀ ਵਿਖੇ ਕੰਮ ਕਰ ਰਹੇ ਨੇ ਔਰ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਉੱਪਰ ਵੱਡੀਆਂ ਵੱਡੀਆਂ ਇੰਸਟੀਚਿਊਟਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਸਲਾਹਕਾਰ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ। ਸਰ ਇਸ ਵੇਲੇ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਜਿਸ ਤਰੀਕੇ ਦੇ ਵੱਡੇ ਫੈਸਲੇ ਬਹੁਤ ਕਾਹਲੀ ਵਿੱਚ ਲੈ ਰਹੀ ਹੈ, ਜਿਹਦੇ ਵਿੱਚੋਂ ਇੱਕ ਬਹੁਤ ਵੱਡਾ ਫੈਸਲਾ ਸੀ ਕਿ ਭਗਵੰਤ ਮਾਨ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਆਪਣਾ ਪੱਲਾ ਅੱਡ ਕੇ ਮਾਨਯੋਗ ਪ੍ਰਧਾਨ ਮੰਤਰੀ ਕੋਲ ਜਾਂਦੇ ਨੇ ਔਰ ਉਹਨਾਂ ਤੋਂ 2 ਸਾਲ ਦੇ ਲਈ 50,000 ਕਰੋੜ ਦੀ ਸਹਾਇਤਾ ਮੰਗਦੇ ਨੇ। ਉਹਨਾਂ ਨੇ ਸੁਣਨ ਵਿੱਚ ਤਾਂ ਇਹ ਵੀ ਆਇਆ, ਮੀਡੀਆ ਵਿੱਚ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਜੇ ਮੰਗਣਾ ਹੀ ਸੀ ਤਾਂ ਜੋ ਪੰਜਾਬ ਦੇ ਸਿਰ 3-4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਉਹਦੀ ਕਿਸ਼ਤ ਹੀ ਅੱਧੀ ਮਾਫ ਕਰਵਾ ਲੈਂਦੇ ਜਾਂ ਉਹ ਕਰਜ਼ਾ ਹੀ ਅੱਧਾ ਮਾਫ ਕਰਵਾ ਲੈਂਦੇ। ਤੁਹਾਨੂੰ ਕੀ ਲੱਗ ਰਿਹਾ ਕਿ ਪੰਜਾਬ ਸਰਕਾਰ ਦਾ ਜੋ ਕਾਰਜ ਕਰਨ ਦਾ ਤਰੀਕਾ ਹੈ ਉਹ ਕਿੰਨਾ ਦਰੁਸਤ ਹੈ ਤੇ ਜੋ ਦਿੱਲੀ ਵਾਲਾ ਕਦਮ ਸੀ ਉਸਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਡਾਕਟਰ ਸੁਰੇਸ਼ ਸਮਝ ਜੀ, ਮੈਂ ਤੁਹਾਡੇ ਇਸ ਮੀਡੀਆ ਚੈਨਲ ਦੇ ਮਾਧਿਅਮ ਦੇ ਨਾਲ ਬਲਕਿ ਪੂਰੇ ਪੰਜਾਬ ਦੇ ਜਿਹੜੇ ਵੋਟਰ ਹੀ ਨਹੀਂ ਪੂਰੇ ਪੰਜਾਬ ਦੇ ਜਿਹੜੇ ਨਾਗਰਿਕ ਨੇ ਉਹਨਾਂ ਦੇ ਬਿਹਾਫ ਦੇ ਉੱਤੇ ਸਰਕਾਰ ਦੇ ਕੋਲ ਇੱਕ ਮੈਸੇਜ ਪਹੁੰਚਾਉਣ ਵਾਸਤੇ ਇੱਕ ਐਫਰਟ ਕਰਾਂਗਾ ਕਿ ਇਹ ਜਿਹੜਾ ਖੇਤੀ ਦੇ ਨਾਲ ਗਰਮ ਗਰਮ ਦੁੱਧ ਪੀਣਾ ਇੱਕਦਮ ਤੇ ਫਿਰ ਉਹ ਗਲਾਸ ਦੇ ਵਿੱਚੋਂ ਛਲਕ ਜਾਏ, ਉਸ ਤਰ੍ਹਾਂ ਦੀਆਂ ਜਿਹੜੀਆਂ ਸੋਚ ਤੇ ਨੀਤੀਆਂ ਦੇ ਨਾਲ ਬੜੀ ਜਲਦੀ ਹੀ ਇਸ ਨਵੀਂ ਸਰਕਾਰ ਨੂੰ ਜਿਸਨੇ 92 ਸੀਟਾਂ ਲੈ ਕੇ ਬਹੁਤ ਵੱਡੀ ਇਤਿਹਾਸਿਕ ਮੈਜੋਰਿਟੀ ਲੈ ਕੇ ਇਹਨਾਂ ਨੇ ਇਹ ਕੰਮ ਸੰਭਾਲਿਆ ਗਵਰਨੈਂਸ ਦਾ, ਤਾਂ ਬੜੀ ਜਲਦੀ ਹੀ ਜਿਹੜੇ ਪ੍ਰੀ ਇਲੈਕਸ਼ਨ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੀ ਜਾਂ ਇਹਨਾਂ ਦੇ ਪਾਰਟੀ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਵੀ ਵਾਅਦੇ ਕੀਤੇ ਗਏ ਸੀ ਪੰਜਾਬ ਨੂੰ ਕਿ ਪੰਜਾਬ ਨੂੰ ਕਰਜ਼ਾ ਮੁਕਤ ਬਣਾਉਣਾ, ਪੰਜਾਬ ਦੀ ਇਕਾਨਮੀ ਨੂੰ ਰਿਵਾਈਵ ਕਰਨਾ, ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਉਣਾ, ਉਹ ਹੱਸਦਾ ਖੇਡਦਾ ਪੰਜਾਬ ਰਿਵਾਈਵ ਕਰਨਾ, ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਦੇ ਲਈ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਰੈਡੀਮੇਡ ਸੋਲਿਊਸ਼ਨਸ ਪਹਿਲਾਂ ਹੀ ਹੈਗੇ ਨੇ ਤੇ ਸਾਨੂੰ ਇੱਕ ਵਾਰ ਸਰਕਾਰ ਬਣਾਉਣ ਦਾ ਮੌਕਾ ਦਿਓ ਤੇ ਅਸੀਂ ਨਾਲ ਦੀ ਨਾਲ ਹੀ ਤੁਹਾਨੂੰ ਰਿਜ਼ਲਟ ਡਿਲੀਵਰ ਕਰਨੇ ਸ਼ੁਰੂ ਕਰਾਂਗੇ। ਪੰਜਾਬ ਦੇ ਵੋਟਰਸ ਨੇ ਇਸ ਆਵਾਜ਼ ਦੇ ਉੱਤੇ ਇੱਕ ਟਰਸਟ ਕਰਕੇ ਵਿਸ਼ਵਾਸ ਕਰਕੇ ਇਹ ਮੈਜੋਰਿਟੀ ਦਿੱਤੀ ਔਰ ਉਹਦੇ ਬੇਸ ਦੇ ਉੱਤੇ ਇੱਕਦਮ ਹੀ ਜਦੋਂ ਇਹ ਵਾਲਾ ਪੰਜਾਬੀਆਂ ਨੂੰ ਇੱਕ ਝਟਕਾ ਲੱਗਿਆ ਕਿ ਇਹ ਸਰਕਾਰ ਇੱਕਦਮ ਹੀ ਕੇਂਦਰੀ ਸਰਕਾਰ ਦੇ ਕੋਲ ਇਹ 1 ਲੱਖ ਕਰੋੜ ਰੁਪਏ ਦਾ ਇੱਕ ਪੈਕੇਜ ਲੈਣ ਵਾਸਤੇ ਜਿਸਨੂੰ ਇਹਨਾਂ ਨੇ 2 ਭਾਗਾਂ ਦੇ ਵਿੱਚ ਸਪਲਿਟ ਕਰਕੇ ਮੰਗਿਆ ਹੈ ਕਿ ਸਾਨੂੰ 1 ਸਾਲ ਦੇ ਵਿੱਚ 50,000 ਕਰੋੜ ਰੁਪਏ ਦੇ ਦਿੱਤੇ ਜਾਣ, ਇਹ ਮੇਰੇ ਵਿਚਾਰ ਦੇ ਮੁਤਾਬਿਕ ਸਰਕਾਰ ਨੂੰ ਇੱਕ ਡਾਇਲੈਮਾ ਵਿੱਚ ਪੈਣ ਵਾਲੀ ਗੱਲ ਹੈ ਜਾਂ ਸਰਕਾਰ ਦੇ ਲਈ ਦੂਜੇ ਸ਼ਬਦਾਂ ਦੇ ਵਿੱਚ ਇੱਕ ਹਾਸੋਹੀਣੀ ਸਥਿਤੀ ਦੇ ਵਿੱਚ ਵੀ ਪੈ ਜਾਣ ਵਾਲੀ ਗੱਲ ਲੱਗਦੀ ਹੈ ਕਿ ਬੜੀ ਜਲਦੀ ਹੀ ਇਹ ਫੈਸਲਾ ਕੇਂਦਰੀ ਸਰਕਾਰ ਦੇ ਕੋਲ ਪਹੁੰਚ ਕੇ
डिमांड दा रख दिता गया। इस तो पहला एक लंबे समय दे लई इन्हां नूं चाहीदा सी कुछ महीनियां दे लई कोई छोटियां छोटियां ऑब्जेक्टिव्स नूं पूरा करके कोई रिजल्ट डिलीवर कर दे ते उस तो बाद कोई घट्टो घट एक साल कढ़न तो बाद ये अपना जदों अगले साल बजट लैके आंदे तां ये वाली पोजिशन रख सकदे सी कि पंजाब दा खजाना भरन दे लई सानू कल्ली पंजाब सरकार दे ही सोर्सिज नहीं सानू केंद्रीय सरकार दी मदद दी भी लोड़ है। मेरे विचार दे अनुसार ये बड़ी जल्दबाजी वाला फैसला हो गया जिसनू हुण अनडन तक कीता नहीं जा सकता पर इसनू ठीक करन दे लई इसनू करैक्ट करन दे लई इन्हां नू चाहीदा है कि हुण अगे तो अजिहे प्रोमिस ही देन पंजाब दी जनता नू जिन्हां नू ए पूरे कर सकन। कोई भी सरकार होवे जदों तक वो रियलिस्टिक पॉलिसीज दे नाल नहीं चलदी अदों तक वो सरकार सक्सेसफुली नहीं चल सकदी। मैं समझदी कि तुहानू ध्यान दवाना चाहांगा एक अपनी हिंदी दे विच भी कहावत है या जनरल एक कहावत है भूखे पेट ना भजन गोपाला। ए चंगी गुड गवर्नेंस दा मॉडल देना या होर वादे पूरे करना या पंजाब विच खुशहालियां लियाना खुशियां खेड़े दोबारा लियाना इस सब चीजां पंजाब दी इकोनमी दे नाल ही जुड़ियां हुईयां ने। असी सारे इस गल तो वाकफ हाँ पंजाब दे वोटर इस गल दे विच कोई शक नहीं कि इस तो पिछलियां सरकारां ने पंजाब दी इकोनमी दा घाण कीता उसनू सुचजे तरीके नाल मैनेज नहीं कर सके अते ओ जिहड़े रिजल्ट सी ਉਹ ਇੱਕ ਵੱਡੀ ਮੈਂਡੇਟ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਏ ਕਿ ਵੱਡੀਆਂ ਵੱਡੀਆਂ ਜਿਹੜੀਆਂ ਪੰਜਾਬ ਦੀਆਂ ਟਕਸਾਲੀ ਪਾਰਟੀਆਂ ਜਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਇਹੀ ਦੋ ਪਾਰਟੀਜ਼ ਮੇਜਰ ਪਾਰਟੀਜ਼ ਦੇ ਰੂਪ ਦੇ ਵਿੱਚ ਰਹੀਆਂ ਤੇ ਉਹ ਇਸ ਇਲੈਕਸ਼ਨ ਦੇ ਵਿੱਚ ਕਿੱਥੇ ਆ ਕੇ ਖੜੀਆਂ। ਇੱਕ USA ਜਿਹੜਾ ਹੈ ਵਰਲਡ ਦਾ ਰਿਚੈਸਟ ਨੇਸ਼ਨ ਵੀ ਹੈ ਤੇ ਵਰਲਡ ਦੀ ਰਿਚੈਸਟ ਨੇਸ਼ਨ ਤੋਂ ਇਲਾਵਾ ਉਹ ਇੱਕ ਬਹੁਤ ਵੱਡੀ एग्जाम्पल है प्रेजिडेंशियल फॉर्म ऑफ डेमोक्रेसी की। साडे देश दे विच पार्लीमेंटरी डेमोक्रेसी है एग्रीड पर उत्थों दे राष्ट्रपति जदों चुनाव तो पहला वोटां तो पहला जिहड़ी वो अपनी डिबेट करते ने जिहड़े वो वादे अमेरिका की जनता नूं दिंदे ने उन्हां नूं पूरे करना सब तो वड्डी प्रायोरिटी उन्हां दी बन जांदी है। एक राष्ट्रपति होए सी बराक ओबामा उन्होंने यह किया ਸੀ ਜਦੋਂ ਫਸਟ ਟਾਈਮ ਉਹ ਪ੍ਰੈਜੀਡੈਂਟ ਅਮੈਰੀਕਾ ਦੇ ਬਣੇ ਸੀ ਤਾਂ ਸਹੁੰ ਚੁੱਕਦੇ ਸਾਰ ਹੀ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਜਿਹੜਾ ਕੰਟਰੀ ਹੈ ਉਸ ਦੀ ਸਕਸੈਸ ਜਾਂ ਫੇਲੀਅਰ ਇੱਕੋ ਚੀਜ਼ ਦੇ ਉੱਤੇ ਚੱਲਦੀ ਹੈ ਕਿ ਉੱਥੋਂ ਦੀਆਂ ਪਬਲਿਕ ਐਡਮਿਨਿਸਟ੍ਰੇਸ਼ਨ ਇੰਸਟੀਟਿਊਸ਼ਨ ਕਿਸ ਤਰ੍ਹਾਂ ਵਰਕ ਕਰਦੀਆਂ। ਇਹ ਬੜੀ ਇੱਕ ਇਤਿਹਾਸਿਕ ਗੱਲ ਦੀ ਤਰ੍ਹਾਂ ਇਹ ਨੋਟ ਕੀਤੀ ਗਈ ਹੈ ਇਹ ਕਿਤਾਬਾਂ ਦੇ ਵਿੱਚ ਵੀ ਰਿਸਰਚ ਬੁੱਕਸ ਦੇ ਵਿੱਚ ਵੀ ਤਾਂ ਗੌਰਮੈਂਟ ਨੇ ਇਹ ਜਿਹੜੀਆਂ ਆਪਣੀਆਂ ਪਬਲਿਕ ਐਡਮਿਨਿਸਟ੍ਰੇਸ਼ਨ ਦੀਆਂ ਇੰਸਟੀਟਿਊਸ਼ਨਸ ਕਿਹੜੀਆਂ ਵੀ ਹੁੰਦੀਆਂ ਨੇ ਜਿਹੜੀਆਂ ਗੌਰਮੈਂਟ ਦੀਆਂ ਆਪਣੀਆਂ ਏਜੰਸੀਜ਼ ਗੌਰਮੈਂਟ ਦੀਆਂ ਪਾਲਿਸੀਜ਼ ਨੂੰ ਐਗਜ਼ੀਕਿਊਟ ਕਰਨ ਲਈ ਬਣੀਆਂ ਹੁੰਦੀਆਂ ਨੇ। ਗੌਰਮੈਂਟ ਦੇ ਤਿੰਨ ਅਸੀਂ ਭਾਗ ਮੰਨਦੇ ਹਾਂ ਲੈਜਿਸਲੇਚਰ ਐਗਜ਼ੈਕਟਿਵ ਜੁਡੀਸ਼ਰੀ ਜਿਸ ਦੇ ਵਿੱਚੋਂ ਜੁਡੀਸ਼ਰੀ ਨੂੰ ਅਸੀਂ ਇੱਕ ਇੰਡੀਪੈਂਡੈਂਟ ਆਰਗਨ ਮੰਨ ਕੇ ਚੱਲਦੇ ਹਾਂ ਤਾਂ ਇਹ ਜਿਹੜਾ ਲੈਜਿਸਲੇਚਰ ਔਰ ਐਗਜ਼ੈਕਟਿਵ ਹੈ ਇਸਨੇ ਹੀ ਗੌਰਮੈਂਟ ਦੀ ਸਕਸੈਸ ਜਾਂ ਫੇਲੀਅਰ ਬਣਾਉਣੀ ਹੁੰਦੀ ਹੈ। ਇਹ ਜਿਹੜੀ ਪ੍ਰੈਜੈਂਟ ਗੌਰਮੈਂਟ ਆਈ ਇਸ ਦੇ ਅੱਗੇ ਸਭ ਤੋਂ ਵੱਡਾ ਇੱਕ ਚੈਲੇਂਜ ਆਇਆ ਸੀ ਇਕਨੋਮਿਕ ਕ੍ਰਾਈਸਿਸ। ਉਸ ਇਕਨੋਮਿਕ ਕ੍ਰਾਈਸਿਸ ਦੇ ਲਈ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਚੰਗੇ ਫਾਰਮੂਲੇ ਬਣੇ ਬਣਾਏ ਆਲਰੇਡੀ ਹੈਗੇ ਨੇ ਤੇ ਜੇਕਰ ਅਸੀਂ ਇਕੱਲਾ ਮਾਈਨਿੰਗ ਮਾਫੀਆ ਜਾਂ ਇਸ ਤਰ੍ਹਾਂ ਦਾ ਜਿਹੜਾ ਹੋਰ ਕਈ ਤਰ੍ਹਾਂ ਦੇ ਮਾਫੀਆ ਪੰਜਾਬ ਦੇ ਵਿੱਚ ਚੱਲਦੇ ਪਏ ਨੇ ਜੇਕਰ ਅਸੀਂ ਉਹਨਾਂ ਨੂੰ ਹੀ ਕੰਟਰੋਲ ਕਰ ਲਿਆ ਤੇ ਉਹੀ ਪੈਸਾ ਅਸੀਂ ਪੰਪ ਇਨ ਕਰਕੇ ਪੰਜਾਬ ਨੂੰ ਦੁਬਾਰਾ ਇੱਕਦਮ ਖੁਸ਼ਹਾਲ ਬਣਾ ਦਾਂਗੇ ਜੋ ਕਿ ਇੱਕਦਮ ਹੀ ਇਹਨਾਂ ਨੇ ਯੂ ਟਰਨ ਲੈ ਕੇ ਸਿੱਧਾ ਹੀ ਸੈਂਟਰ ਗੌਰਮੈਂਟ ਕੋਲ ਪਹੁੰਚੇ। ਇਹ ਇੱਕ ਪੋਲੀਟੀਕਲ ਮਿਸਟੇਕ ਦੇ ਵਿੱਚ ਕਾਊਂਟ ਹੋਈ। ਇਸ ਗੱਲ ਨੂੰ ਅਸੀਂ ਇਨਕਾਰ ਨਹੀਂ ਕਰ ਸਕਦੇ। ਤੁਹਾਡੇ ਤਜਰਬੇ ਦੇ ਵਿੱਚ ਜਿਹੜਾ ਇਹਨਾਂ ਨੇ ਇਹ ਸਟੈਪ ਚੱਕਿਆ ਇਹਦਾ ਕਿਉਂਕਿ ਬਹੁਤ ਵੱਡਾ ਮੈਂਡੇਟ ਮਿਲਿਆ ਹੋਇਆ 92 ਸੀਟਾਂ ਹੈਗੀਆਂ ਨੇ ਪਰ ਇਹਦਾ ਲੋਕਾਂ ਦੇ ਵਿੱਚ ਕੀ ਅਸਰ ਹੋਇਆ ਹੋਏਗਾ? ਦੇਖੋ ਲੋਕ ਜਦੋਂ ਤੁਸੀਂ ਲੋਕਾਂ ਨੂੰ ਇੱਕ ਬਹੁਤ ਵੱਡੇ ਸੁਪਨੇ ਦਿਖਾਉਂਦੇ ਹੋ ਤੇ ਲੋਕ ਉਹਨਾਂ ਸੁਪਨਿਆਂ ਦੇ ਅਨੁਸਾਰ ਅੱਗੋਂ ਤੁਹਾਡੇ ਉੱਪਰ ਆਪਣਾ ਇੱਕ ਟਰੱਸਟ ਬਿਸਟੋ ਕਰਦੇ ਨੇ ਤਾਂ ਉਸ ਟਰੱਸਟ ਨੂੰ
ਆਨਰ ਕਰਨਾ ਸਰਕਾਰ ਦਾ ਪਹਿਲਾ ਫਰਜ਼ ਬਣ ਜਾਂਦਾ। ਇਸ ਸਰਕਾਰ ਨੇ ਇੱਕ ਲੋਕਾਂ ਨੂੰ ਸਰਦਾਰ ਭਗਤ ਸਿੰਘ ਜੀ ਦੇ ਸੰਬੰਧ ਦੇ ਵਿੱਚ ਇੱਕ ਆਪਣਾ ਵਿਜ਼ਨ ਤੇ ਮਿਸ਼ਨ ਡਰਾਫਟ ਕਰਨ ਦਾ ਇੱਕ ਸੰਕੇਤ ਦਿੱਤਾ ਤੇ ਇਹ ਸਰਕਾਰ ਨੇ ਆਪਣੀ ਸਹੁੰ ਚੁੱਕਣ ਦਾ ਵੀ ਜਿਹੜਾ ਉਪਰਾਲਾ ਸੀ ਉਹ ਪੰਜਾਬ ਭਵਨ ਤੋਂ ਹਟ ਕੇ ਜਾਂ ਚੰਡੀਗੜ੍ਹ ਤੋਂ ਰਾਜਧਾਨੀ ਤੋਂ ਹਟ ਕੇ ਖਟਕੜ ਕਲਾਂ ਪਿੰਡ ਦੇ ਵਿੱਚ ਕਰਨ ਦਾ ਫੈਸਲਾ ਕੀਤਾ। ਪਰ ਸਮਝ ਜੀ, ਜਿੱਥੋਂ ਤੱਕ ਮੈਂ ਵੀ ਕੁੱਝ ਲੋਕਾਂ ਨੂੰ ਮਿਲਿਆ ਜਾਂ ਗੱਲਬਾਤ ਹੋਈ ਤਾਂ ਇਹ ਵੀ ਗੱਲ ਆਈ ਕਿ ਇਸ ਫੈਸਲੇ ਦਾ ਵੀ ਲੋਕਾਂ ਨੇ ਮਿਲਵਾਂ ਜੁਲਵਾਂ ਹੀ ਇੱਕ ਰਿਐਕਸ਼ਨ ਦਿੱਤਾ ਕਿ ਇਸ ਕੰਮ ਦੇ ਉੱਪਰ ਵੀ ਅਗਰ 3-4 ਕਰੋੜ ਰੁਪਏ ਦਾ ਜਾਂ ਜਿੰਨਾ ਵੀ ਕੋਈ ਖਰਚਾ ਹੋਇਆ ਤਾਂ ਉਹ ਖਰਚਾ ਵੀ ਇੱਕਦਮ ਕੀ ਕਰਨਾ ਜ਼ਰੂਰੀ ਸੀ। ਫਿਰ ਜਿਹੜੇ ਸਾਰੇ ਉਸ ਦਿਨ ਸੜਕਾਂ ਦੇ ਰੂਟ ਚੇਂਜ ਕਰ ਦਿੱਤੇ ਗਏ, ਮੇਨ ਜਿਹੜੇ ਹਾਈਵੇ ਸੀ ਸਟੇਟ ਦੇ ਉਹਨਾਂ ਨੂੰ ਬੰਦ ਕਰਕੇ ਇਧਰੋਂ ਉਧਰੋਂ ਘੁਮਾ ਕੇ ਰੂਟ ਕੀਤੇ ਗਏ। ਕਹਿਣ ਦਾ ਅਰਥ ਹੈ ਕਿ ਇਹ ਵਾਲੀ ਸਰਕਾਰ ਨੇ ਇੱਕਦਮ ਛੇਤੀ ਦੇ ਵਿੱਚ ਜਿਹੜੇ ਕੁਝ ਫੈਸਲੇ ਕਰ ਲਏ ਇਹਨਾਂ ਨੂੰ ਅੱਗੋਂ ਵਾਸਤੇ ਥੋੜੇ ਜਿਹੇ ਸੋਚ ਵਿਚਾਰ ਕਰਕੇ ਆਪਣੇ ਫੈਸਲੇ ਕਰਨ ਦੀ ਇੱਕ ਜ਼ਰੂਰਤ ਹੈ। ਮੈਂ ਤੁਸੀਂ ਕੀ ਸਮਝਦੇ ਹੋ ਕਿ ਜੇ ਮੋਦੀ ਸਾਹਿਬ ਦੇ ਕੋਲੇ ਭਗਵੰਤ ਜੀ ਗਏ ਸੀ ਤੁਹਾਡੇ ਹਿਸਾਬ ਨਾਲ ਵੀ ਉਹਨਾਂ ਨੂੰ ਕੀ ਮੰਗ ਲੈਣਾ ਚਾਹੀਦਾ ਸੀ? ਕੀ ਉਹ ਨਹੀਂ ਸੀ ਮੰਗ ਸਕਦੇ ਕਿ ਜਿਹੜੇ ਉਹ PGI ਵਗੈਰਾ ਦੇਣ ਆਏ ਸੀ ਉਦੋਂ 45,000 ਕਰੋੜ ਦਾ ਪੈਕੇਜ ਮੋਦੀ ਸਾਹਿਬ ਦੇਣ ਹੀ ਆਏ ਸੀ, ਉਹੀ ਪੈਕੇਜ ਮੰਗ ਲੈਂਦੇ? ਜਾਂ ਜੋ ਪੰਜਾਬ ਦੇ ਸਿਰ ਕਰਜ਼ਾ ਖੜਾ ਉਹਦਾ ਕੋਈ ਬਹੁਤ ਵੱਡਾ ਹਿੱਸਾ ਮਾਫ਼ ਕਰਵਾ ਲੈਂਦੇ? ਕਿਉਂਕਿ ਜੇ ਸਾਰਾ ਕਰਜ਼ਾ ਮਾਫ਼ ਕਰਾਉਣਗੇ ਤਾਂ ਹੋਰ ਵੀ ਰਾਜ ਸੂਬੇ ਹੱਥ ਅੱਡ ਕੇ ਖੜ ਜਾਣਗੇ ਮੋਦੀ ਕੋਲੇ, ਵਿਚ ਇਜ਼ ਨਾਟ ਪੋਸੀਬਲ। ਬਟ ਕੀ ਹੋਰ ਹੋ ਸਕਦਾ ਸੀ? ਦੇਖੋ ਸਮਝ ਸਾਹਿਬ, ਤੁਸੀਂ ਇਹ ਵਾਲੀ ਇੱਕ ਜਿਹੜਾ ਪੁਆਇੰਟ ਰੱਖਿਆ ਹੈ, ਮੁੱਦਾ ਰੱਖਿਆ ਹੈ, ਇਹ ਬੜਾ ਇੱਕ ਵੈਲਿਡ ਤੇ ਬੜਾ ਲੌਜੀਕਲ ਗੱਲ ਹੈ ਕਿ ਬਜਾਏ ਕਿ ਪੈਕੇਜ ਮੰਗਣ ਦੇ ਪੰਜਾਬ ਦੇ ਜਿਹੜੇ ਕਰਜ਼ੇ ਸੀ, ਤੁਹਾਨੂੰ ਯਾਦ ਹੋਏਗਾ ਜਦੋਂ IK ਗੁਜਰਾਲ ਸਾਹਿਬ ਵੀ ਪ੍ਰਾਈਮ ਮਿਨਿਸਟਰ ਸੀ ਉਦੋਂ ਵੀ ਪੰਜਾਬ ਦੀ ਗਵਰਨਮੈਂਟ ਨੇ ਉਹਨਾਂ ਕੋਲੋਂ ਪੰਜਾਬ ਦੇ ਕਰਜ਼ੇ ਮਾਫ਼ ਕਰਵਾਉਣ ਦੀ ਗੱਲ ਕੀਤੀ ਸੀ ਤੇ ਸ਼ਾਇਦ ਉਹਨਾਂ ਨੇ ਕੁਝ ਕਰਜ਼ੇ ਉਸ ਵਕਤ ਮਾਫ਼ ਕੀਤੇ ਵੀ ਸੀ। ਪਰ ਜੀ ਤਾਂ ਉਹ ਜਿਹੜੇ ਉਸ ਵਕਤ ਵੀ ਕੋਈ 7-8 ਹਜ਼ਾਰ ਕਰੋੜ ਦੇ ਕਰੀਬ ਕਰਜ਼ੇ ਮਾਫ਼ ਹੋਏ ਸੀ ਜਾਂ ਉਹਨਾਂ ਬਾਰੇ ਗੱਲ ਹੋਈ ਸੀ, ਤਾਂ ਸ਼੍ਰੀ ਭਗਵੰਤ ਮਾਨ ਜੀ ਨੂੰ ਵੀ ਮੇਰੇ ਵਿਚਾਰਾਂ ਦੇ ਅਨੁਸਾਰ ਬਜਾਏ ਕਿ ਆਰਥਿਕ ਪੈਕੇਜ ਮੰਗਣ ਦੇ ਉਹ ਕਰਜ਼ੇ ਜਿੰਨਾ ਵੀ ਪਾਰਟ ਮਾਫ਼ ਕਰਵਾ ਸਕਦੇ 50%, 60%, 80%, ਉਹ ਸ਼ਾਇਦ ਜ਼ਿਆਦਾ ਬਿਹਤਰ ਗੱਲ ਹੋ ਜਾਂਦੀ, ਕਿਉਂਕਿ ਉਹ ਕਰਜ਼ਿਆਂ ਦੀ ਮਾਫ਼ੀ ਦੇਣਾ ਮੋਦੀ ਸਾਹਿਬ ਦੇ ਲਈ ਵੀ ਫਲੈਟ ਨੋ ਕਹਿਣਾ ਔਖਾ ਹੋਣਾ ਸੀ। ਹੁਣ ਅਜਿਹੀ ਸਥਿਤੀ ਦੇ ਵਿੱਚ ਦੁਬਾਰਾ ਜਾ ਕੇ ਇੱਕਦਮ ਇਹ ਵਾਲੀ ਗੱਲ ਅਸੀਂ ਫਿਰ ਨਵੇਂ ਸਿਰਿਓਂ ਇੱਕਦਮ ਨਹੀਂ ਰੱਖ ਸਕਦੇ ਕਿ ਜੀ ਪੈਕੇਜ ਨਹੀਂ ਦੇਣਾ ਤਾਂ ਸਾਡੇ ਕਰਜ਼ੇ ਹੀ ਮਾਫ਼ ਕਰ ਦਿਓ। ਉਹਦੇ ਨਾਲ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਿੰਗ ਇੱਕਦਮ ਸ਼ੁਰੂ ਹੋ ਜਾਏਗੀ, ਪੰਜਾਬ ਸਰਕਾਰ ਦੀ ਵੀ ਤੇ ਇਹਨਾਂ ਦੇ ਪਾਰਟੀ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵੀ। ਹੁਣ ਇਹਨਾਂ ਨੂੰ ਕੇਅਰਫੁਲੀ ਸਟੈਪ ਲੈਣੇ ਚਾਹੀਦੇ ਨੇ। ਜੇ ਮੈਂ ਤੁਹਾਡੇ ਨਾਲ ਹੁਣ ਕੁਝ ਇਹ ਵਾਲੀ ਗੱਲ ਕਰਾਂ ਕਿ ਇੱਕ ਨਾ ਬੇਸਿਕ ਇਕਨੋਮਿਕਸ ਦਾ ਫਾਰਮੂਲਾ ਹੁੰਦਾ ਹੈ ਕਿ ਜੇਕਰ ਤੁਹਾਡੇ ਕੋਲ ਰਿਸੋਰਸਿਸ ਘੱਟ ਹੋ ਗਏ ਨੇ, ਵਸੀਲੇ ਘੱਟ ਹੋ ਗਏ ਆਮਦਨ ਦੇ ਜਾਂ ਪੈਸੇ ਦੇ, ਤਾਂ ਦੂਸਰਾ ਅਰਥ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਖਰਚੇ ਘਟਾ ਲਓ, ਥੋੜਾ ਬਹੁਤ ਕੰਟਰੋਲ ਉਹਦੇ ਨਾਲ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਤਾਂ ਪੰਜਾਬ ਨੂੰ ਇੱਕ ਕੋਸਟ ਇਫੈਕਟਿਵ ਮਾਡਲ ਜਿਹੜਾ ਹੈ ਉਹ ਅਗਰ ਇੱਕ ਡਿਜ਼ਾਈਨ ਕੀਤਾ ਜਾਵੇ, ਔਰ ਉਹ ਵੀ ਇੱਕਦਮ ਛੇਤੀ ਛੇਤੀ, ਉਹ ਗਰਮ ਦੁੱਧ ਦੀਆਂ ਘੁੱਟ ਭਰਨ ਵਾਲੀ ਗੱਲ ਨਹੀਂ, ਬੜੇ ਸੋਚ ਵਿਚਾਰ ਕਰਕੇ, ਪੰਜਾਬ ਦੀ ਜਨਤਾ ਇੰਨੀ ਵੀ ਕਾਹਲੀ ਨਹੀਂ ਕਿ ਉਹ ਇੱਕਦਮ ਹੀ ਕਹਿ ਰਹੀ ਹੈ ਕਿ ਪਹਿਲੇ ਮਹੀਨੇ ਦੇ ਵਿੱਚ ਹੀ ਸਾਨੂੰ ਸਾਰੇ ਰਿਜ਼ਲਟ ਦੇ ਦਿਓ। ਥੋੜਾ ਬਹੁਤ ਸੋਚ ਵਿਚਾਰ ਕਰਕੇ ਅਜਿਹੀਆਂ ਜਿਹੜੀਆਂ ਕੋਈ ਨੀਤੀਆਂ ਡਰਾਫਟ ਕਰਨ ਦੇ ਲਈ ਪੰਜਾਬ ਦੇ ਜਿਹੜੇ ਉੱਘੇ ਇਸ ਖੇਤਰ ਦੇ ਵਿਦਵਾਨ ਹੋਣਗੇ ਉਹ ਉਹਨਾਂ ਦਾ ਜਿਹੜਾ ਵਿਚਾਰ ਲੈ ਕੇ ਕੋਈ ਕਮੇਟੀ ਬਣਾ ਕੇ, ਕੋਈ ਕਮਿਸ਼ਨ ਬਣਾ ਕੇ ਤਾਂ ਸਰਕਾਰ ਨੂੰ ਅਜਿਹੀ ਦਿਸ਼ਾ ਵੱਲ ਕੰਮ ਕਰ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ। ਮੈਂ ਕੁਝ ਇੱਕ ਇਕਨੋਮਿਕਸ ਦੀ ਗੱਲ ਦੇ ਉੱਤੇ ਫੋਕਸ ਤਾਂ ਜ਼ਿਆਦਾ ਕਰ ਰਿਹਾ ਕਿ ਸਮਝ ਜੀ, ਦੇਖੋ ਇਹਨਾਂ ਨੇ ਪਹਿਲਾਂ ਜਿਹੜੇ
हेल्थ और एजुकेशन दे विच दो प्राइमरी ऐसे सैक्टर सी इस गवर्नमेंट ने प्रोमिस किए कि असी उन्हां दे विच वड्डे सुधार करांगे। देखो समझ जी, मैं इस गल तो कोई इनकार नहीं करता कि यह दो सैक्टर दे विच सुधार नहीं होने चाहिए, जिवें तुसी भी कहा कि PGI की तरह या एम्स की तरह के कोई हॉस्पिटल की डिमांड कर लेंगे या होर इस तरह दल कर लेंगे उत्थे जाके, पर वो तो हुण काम हो चुका, हुण असी उस काम नू अंडन नहीं कर सकते। वो जिहड़ा वे फॉरवर्ड अगे असी जिहड़ी गल कर सकते हैं, वे फॉरवर्ड गल करन वास्ते समझ जी गल इस तरह है कि पंजाब सरकार नू जिहड़ी के 1981 दे विच यही स्टेट इंडिया दे विच GDP ग्रोथ दे विच नंबर एक दे उत्ते स्टैंड करदी सी, 2004 दे विच चौथे नंबर दे उत्ते स्टैंड करदी सी, अज 2021-22 वाले टाइम दे विच आके ये जिहड़ी सरकार है इस 16वें नंबर दे उत्ते खड़ी हुई है। पंजाब दे विच जिहड़ी बेरोजगारी है वो नैशनल जिहड़ी साडी अनएम्पलॉयमेंट रेट है 4.3%, ये उस तो बहुत ज्यादा उपर 7.3% दे उत्ते खड़ी है। ते पंजाब जिहड़ा है वो इस समय देश दे विच अनएम्पलॉयमेंट रेट दे विच हाईएस्ट वालियां रैंकिंग्स दे विच फॉल कर रहे हैं। एक होर बड़ी अजीब गल है कि पंजाब दी जिहड़ी जे असीं पर कैपिटा इनकम दी गल करिए तां पर कैपिटा इनकम दे रेट दे विच पंजाब देश दे विच 19वें नंबर दे उत्ते स्टैंड कर रहा है जो लेटेस्ट डाटा हन। तां 19वें नंबर दी स्टेट है, पर फिर भी एक बड़ी नाल इंपॉर्टेंट फैक्टर है जो कि इग्नोर नहीं किया जा सकता कि उस 19वें रैंक दे उत्ते होने दे बावजूद भी पंजाब दी पापुलेशन दा केवल 8% भाग ही बिलो पावर्टी लाइन दे अंडर फॉल करता है, बाकी जिहड़ा पंजाब दी पापुलेशन है वो BPL तो एटलीस्ट उपर है। पर उहदे बावजूद भी बड़े कंट्रास्ट वालियां चीज़ां ने कि पंजाब दे विच लगभग 60% तो उपर तक घट्टो घट पापुलेशन जिहड़ी है रूरल एरियाज दे विच वसदी है, ते सुइसाइडल रेट पंजाब दा बहुत वध चुक्या, पंजाब दे विच किसानां दे कर्जे इन्नियां फ्रीबीज देने दे बावजूद भी, फ्री बिजली देने दे बावजूद भी, फर्टिलाइजर दे उत्ते पेस्टिसाइड दे उत्ते सबसिडी देने दे बावजूद भी ये कंडीशनस ने, तां गवर्नमेंट सिर्फ सेहत अते एजुकेशन नू ही प्राइमरी मन के नहीं चल सकती। पंजाब दे विच जिहड़ी इकोनमी है वह पंजाब की खेतीबाड़ी नाल भी जुड़ी है। रीसेंट असी किसानां दा जिहड़ा अंदोलन इन्ना संघर्ष लंबा चलिया देश दे विच उहदे नाल भी असी देखिया पंजाब दे किसानां दा भी एक मेजर रोल सी। तां जिहड़ी पंजाब दी इकोनमी है समझ जी उस दे विचों असी दो भागां दे विच सानूं लैके चलना पएगा कि एक पंजाब अर्बन पंजाब एक रूरल पंजाब। अर्बन पंजाब दी रिवाइवल दे विच साडे इह जिहड़े हैल्थ ते एजुकेशन ते इस तरह दे जिहड़े अदारे ने, चाहे वह हायर एजुकेशन दे अदारे होण, चाहे वह स्कूल एजुकेशन दे अदारे होण या प्राइमरी हैल्थ केयर सेंटर होण या वड्डे डिस्ट्रिक्ट लैवल वाले हॉस्पिटल होण, उन्हां सारियां दा इह सुधार करना गवर्नमेंट दे लई जरूरी है। पर सारियां गल्लां दे विच इक्को ही गल आंदी है कि पैसा कित्थों आए, चाहे असी एग्रीकल्चर का सुधार करना है, चाहे असी हॉस्पिटल्स का सुधार करना है, चाहे असी स्कूलों का सुधार करना है, चाहे असी कॉलेज यूनिवर्सिटियां का सुधार करना है, साढ़े कोल पैसा कित्थों आएगा। हुण गल ये है समझ जी कि गवर्नमेंट सब तो पहला तो नंबर एक दे उत्ते अपने खर्चे घटाने वाला मॉडल एक तैयार कर, गवर्नमेंट एडमिनिस्ट्रेटिव रिफॉर्म्स कमीशन एक पंजाब दा बिल्कुल तुरंत जल्दी तो जल्दी पहल दे आधार दे उत्ते बनावे, जिस दे नाल पंजाब दी जिहड़े वेस्टफुल एक्सपेंडिचर है उस दे उत्ते कट लगाए जा सके। पंजाब गवर्नमेंट जिहड़ी है वो जिहड़े खेतरां दे विच इकदम कोई ज्यादा खर्चा किते बिना इकोनमी नूं अपनी नूं रिवाइव करन वास्ते चल सकदी है। मैनूं बड़ा अफसोस हुंदा सी इह देख के कि किसी भी पोलिटिकल पार्टी ने उस खेत्र के बारे गल नहीं की। पंजाब एक पुरानी एक इतिहासक एक स्टेट है, ये गुरुआं पीरां पैगंबरां की धरती है। पंजाब दे विच टूरिज्म नूं प्रमोट करन दे वास्ते किसी
ਪੋਲੀਟੀਕਲ ਪਾਰਟੀ ਨੇ ਬੜੇ ਵੱਡੇ ਲੈਵਲ ਦੇ ਉੱਤੇ ਗੱਲ ਨਹੀਂ ਚੁੱਕੀ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਸਵਿਟਜ਼ਰਲੈਂਡ ਵਰਗੇ ਵੀ ਜਿਹੜੇ ਕੰਟਰੀ ਨੇ ਜਿਨ੍ਹਾਂ ਦਾ ਕੁੱਲ ਭੂਗੋਲਿਕ ਖੇਤਰ ਸ਼ਾਇਦ ਯੂਪੀ ਦੇ ਬਰਾਬਰ ਜਾਂ ਸ਼ਾਇਦ ਉਸ ਤੋਂ ਵੀ ਘੱਟ ਹੀ ਹੋਵੇਗਾ, ਉਹ ਵਾਲੀਆਂ ਜਿਹੜੀਆਂ ਕੰਟਰੀਜ਼ ਨੇ ਕੇਵਲ ਟੂਰਿਜ਼ਮ ਦੇ ਸਿਰ ਦੇ ਉੱਤੇ ਹੀ ਪੂਰੀ ਦੁਨੀਆ ਦੇ ਜਿਹੜੇ ਸਭ ਤੋਂ ਅਮੀਰ ਮੁਲਕਾਂ ਦੇ ਵਿੱਚ ਆਉਂਦੀਆਂ ਨੇ। ਟੂਰਿਜ਼ਮ ਦੇ ਖੇਤਰ ਦੇ ਵਿੱਚ ਪੰਜਾਬ ਨੂੰ ਜੇ ਅਸੀਂ ਇੱਕ ਪਾਸੇ ਕਰੀਏ ਤਾਂ ਤਮਿਲਨਾਡੂ, ਮਿਜ਼ੋਰਮ, ਤ੍ਰਿਪੁਰਾ ਦੇ ਜਿਹੜੇ ਨਾਰਥ ਈਸਟ ਦੀਆਂ ਕੁਝ ਸਟੇਟਸ ਤੇ ਸਾਊਥ ਦੀਆਂ ਸਟੇਟਸ, ਇਹਨਾਂ ਨੇ ਟੂਰਿਜ਼ਮ ਦੇ ਰਾਹੀਂ ਹੀ, ਔਰ ਇੱਕ ਰਾਜਸਥਾਨ, ਇਹਨਾਂ ਨੇ ਟੂਰਿਜ਼ਮ ਦੇ ਰਾਹੀਂ ਬਹੁਤ ਇਨਕਮ ਲਈ ਹੈ। ਪੰਜਾਬ ਦੇ ਵਿੱਚ ਜਿਹੜੀਆਂ ਹਿਸਟੋਰੀਕਲ ਸਾਈਟਸ ਨੇ, ਜਿਹੜੀਆਂ ਵਰਲਡ ਹੈਰੀਟੇਜ ਸਾਈਟਸ ਨੇ, ਪੰਜਾਬ ਦੇ ਵਿੱਚ ਅਸੀਂ ਦਰਬਾਰ ਸਾਹਿਬ ਵੀ ਦੇਖਦੇ ਹਾਂ, ਪੰਜਾਬ ਦੇ ਵਿੱਚ ਅਸੀਂ ਚੰਡੀਗੜ੍ਹ ਇੱਕ ਮਾਡਰਨ ਸਿਟੀ ਦੇ ਰੂਪ ਦੇ ਵਿੱਚ ਵੀ ਦੇਖਦੇ ਹਾਂ, ਤਾਂ ਪੰਜਾਬ ਸਰਕਾਰ ਨੂੰ ਜਿਹੜਾ ਟੂਰਿਜ਼ਮ ਦੇ ਲਈ, ਔਰ ਪੰਜਾਬੀ ਫਿਲਮ ਇੰਡਸਟਰੀ ਵੀ ਬੜੀ ਫਾਸਟ ਰੇਟ ਦੇ ਉੱਤੇ ਗਰੋਥ ਉਸਦੀ ਹੋ ਰਹੀ ਹੈ, ਤਾਂ ਪੰਜਾਬ ਦੇ ਵਿੱਚ ਇਹ ਜਿਹੜੇ ਟੂਰਿਜ਼ਮ ਵਾਲੇ ਖੇਤਰ ਨੇ, ਪੰਜਾਬ ਨੂੰ ਉਹਨਾਂ ਦੇ ਉੱਤੇ ਫੋਕਸ ਕਰ ਲੈਣਾ ਚਾਹੀਦਾ ਹੈ। ਜਿਹੜੇ ਪੰਜਾਬ ਦੇ ਪੁਰਾਣੇ ਕਈ ਕਿਲੇ ਨੇ, ਕਈ ਪੰਜਾਬ ਦੇ ਵਿੱਚ ਅਸੀਂ ਕਿਲ੍ਹਾ ਰਾਏਪੁਰ ਦੇ ਵਿੱਚ ਅਸੀਂ ਪੇਂਡੂ ਖੇਡਾਂ ਦੀ ਜ਼ਿਕਰ ਕਰਦੇ ਹਾਂ, ਜੇਕਰ ਪੰਜਾਬ ਗਵਰਨਮੈਂਟ ਕੋਈ ਅਜਿਹੀ ਪਾਲਿਸੀ ਬਣਾਏ ਕਿ ਉਹ ਪੇਂਡੂ ਖੇਡਾਂ ਨੂੰ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਪ੍ਰਮੋਟ ਕਰਕੇ ਰੂਰਲ ਓਲੰਪਿਕਸ ਟਾਈਪ ਕੋਈ ਅਰੇ ਆਰਗੇਨਾਈਜ਼ ਕਰੇ ਪੰਜਾਬ ਦੇ ਵਿੱਚ ਹਰ ਸਾਲ, ਪੂਰੀ ਦੁਨੀਆ ਦੇ ਜਿਹੜੇ ਖਿਡਾਰੀ ਨੇ ਉਹ ਪੇਂਡੂ ਖੇਡਾਂ ਖੇਡਣ ਇੱਥੇ ਆਉਣ, ਤੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਇੱਕ ਹੋਵੇ, ਤੇ ਇੱਥੇ ਜਿਹੜਾ ਫੁੱਟਫਾਲ ਹੋ, ਇੱਕ ਫੁੱਟਫਾਲ ਹੁੰਦਾ ਕਿ ਕਿੰਨੇ ਲੋਕ ਪੰਜਾਬ ਦੇ ਵਿੱਚ ਹਰ ਸਾਲ ਆਉਂਦੇ ਨੇ ਬਾਹਰੋਂ, ਕਿਹੜੇ ਕੰਮ ਦੇ ਲਈ ਆਉਂਦੇ। ਅਸੀਂ ਪੰਜਾਬ ਦਾ ਫੁੱਟਫਾਲ ਦੂਸਰੀਆਂ ਸਟੇਟਸ ਦੇ ਵਿੱਚ ਹੁੰਦਾ ਦੇਖ ਰਹੇ ਹਾਂ, ਦੂਸਰੇ ਦੇਸ਼ਾਂ ਦੇ ਵਿੱਚ ਪੰਜਾਬੀਆਂ ਨੂੰ ਜਾਂਦੇ ਦੇਖ ਰਹੇ ਹਾਂ, ਪਰ ਪੰਜਾਬ ਦੇ ਵਿੱਚ ਬਾਹਰਲੇ ਕਿਸੇ ਲੋਕਾਂ ਨੂੰ ਆਉਂਦੇ ਅਸੀਂ ਬਹੁਤ ਘੱਟ ਦੇਖ ਰਹੇ। ਤਾਂ ਸਮਝ ਜੀ, ਇਹ ਵੀ ਇੱਕ ਬੜਾ ਖੇਤਰ ਹੈ ਟੂਰਿਜ਼ਮ ਵਾਲਾ, ਜਿੱਥੇ ਕਿ ਪੰਜਾਬ ਗਵਰਨਮੈਂਟ ਆਪਣਾ ਕੁਝ ਵੱਡਾ ਰੋਲ ਚਾਹੇ ਤਾਂ ਪਲੇ ਕਰ ਸਕਦੀ ਹੈ। ਪਟਿਆਲਾ ਦੇ ਵਿੱਚ ਇਤਿਹਾਸਕ ਕਿਲੇ ਨੇ, ਹਾਂਜੀ ਹਾਂਜੀ, ਨਹੀਂ ਬਹੁਤ ਇੰਪੋਰਟੈਂਟ, ਬਹੁਤ ਇੰਪੋਰਟੈਂਟ। ਪੰਜਾਬ ਦੀ ਇਕਾਨਮੀ ਦੀ ਰਿਵਾਈਵਲ ਦੇ ਲਈ ਨੋ ਡਾਊਟ ਇਸ ਵੇਲੇ ਪੰਜਾਬ ਸਰਕਾਰ ਨੂੰ ਬਿਲਕੁਲ ਡਿਫਰੈਂਟ ਆਈਡੀਆਜ਼ ਤੋਂ ਕੰਮ ਲੈਣਾ ਪਵੇਗਾ, ਰਵਾਇਤੀ ਆਈਡੀਆਜ਼ ਨੂੰ ਛੱਡ ਕੇ। ਦੇਖੋ ਪੰਜਾਬ ਵਿੱਚ ਕੋਈ ਇਹੋ ਜਿਹਾ ਤਾਂ ਰਹੀ ਨਹੀਂ ਗਿਆ ਕਿ ਰਿਸਕ ਲੈਣ ਵਾਲੀ ਗੱਲ ਹੈ ਕਿ ਬਰਬਾਦ ਹੋਈ ਧਰਤੀ ਦੇ ਉੱਪਰ ਰਿਸਕ ਲੈਣੀ ਸੀ, ਉਹ ਤਾਂ ਪਹਿਲੇ ਹੀ ਕਿਲੇ ਢਹਿ ਚੁੱਕੇ ਨੇ, ਬਰਬਾਦ ਹੋ ਚੁੱਕੇ ਆ ਪੰਜਾਬ। ਇਸ ਵੇਲੇ ਸਰਕਾਰ ਨੂੰ ਕੁਛ ਡਿਫਰੈਂਟ ਆਈਡੀਆਜ਼ ਦੇ ਉੱਪਰ ਕਰਨ ਦੀ ਲੋੜ ਆ ਕਿ ਜੋ ਡਿੱਗੀਆਂ ਹੋਈਆਂ ਇਮਾਰਤਾਂ ਨੇ, ਜੋ ਡਿੱਗੇ ਹੋਏ ਲੋਕ ਨੇ, ਉਹਨਾਂ ਦਾ ਮਨੋਬਲ ਵੀ ਉੱਠਾ ਔਰ ਉਹ ਇਮਾਰਤਾਂ ਵੀ ਖੜੀਆਂ ਹੋਣ। ਬਹੁਤ ਬਹੁਤ ਸ਼ੁਕਰੀਆ ਪਾਸ਼ੋ, ਤੁਸੀਂ ਆਪਣਾ ਬਹੁਤ ਕੀਮਤੀ ਵਕਤ ਦਿੱਤਾ ਔਰ ਤੁਹਾਡੇ ਨਾਲ ਅਸੀਂ ਇਹ ਸਿਲਸਿਲਾ ਜਾਰੀ ਰੱਖਾਂਗੇ ਅੱਜ ਦੀ ਕੜੀ ਲਈ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਹੋਰ ਬਹੁਤ ਲੰਬਾ ਹੋ ਗਿਆ ਪ੍ਰੋਗਰਾਮ, ਲੇਕਿਨ ਬਹੁਤ ਵਧੀਆ ਗੱਲਾਂ ਕਹੀਆਂ ਨੇ ਕਿ ਤੁਸੀਂ ਪੰਜਾਬ ਸਰਕਾਰ ਨੂੰ ਵੱਡੇ ਫੈਸਲੇ ਲੈਣ ਤੋਂ ਪਹਿਲਾਂ ਇੱਕ ਇਸ ਤਰ੍ਹਾਂ ਦੀ ਇੱਕ ਕਮੇਟੀ ਬਣਾ ਦੇਣੀ ਚਾਹੀਦੀ ਆ ਜੋ ਖਾਸ ਕਰਕੇ ਟੂਰਿਜ਼ਮ ਔਰ ਸਪੋਰਟਸ ਟੂਰਿਜ਼ਮ ਦੇ ਉੱਪਰ ਕੰਮ ਕਰੇ, ਜੋ ਪੰਜਾਬ ਦੀ ਫੁੱਟਫਾਲ ਦੇ ਵਿੱਚ ਵਾਧਾ ਕਰੇ। ਔਰ ਡੈਫੀਨੇਟਲੀ ਜਦੋਂ ਬਾਹਰੋਂ ਪੈਸਾ ਆਏਗਾ ਪੰਜਾਬ ਤੇ ਲੱਗੇਗਾ ਤੇ ਖਜ਼ਾਨੇ ਭਰਨਗੇ, ਤੇ ਡੈਫੀਨੇਟਲੀ ਲੋਕਾਂ ਨੂੰ ਰੁਜ਼ਗਾਰ ਵੀ ਵਧੇਗਾ ਔਰ ਮਾਨਤਾ ਵੀ ਵਧੇਗੀ ਪੰਜਾਬ ਦੀ, ਔਰ ਪੰਜਾਬ ਦੇ ਵਿੱਚ ਪਾਣੀ, ਖੇਤੀ, ਸਾਰਾ ਕੁਛ ਵਧੇਗਾ। ਬਹੁਤ ਸ਼ੁਕਰੀਆ ਪੰਜਾਬ ਨਵਾਂ ਜੁੜ ਲਈ ਡਾਕਟਰ ਸੁਰੇਸ਼ ਕੁਮਾਰ ਜੀ, ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ ਤੁਹਾਡਾ, ਔਰ ਸਾਰੇ ਪੰਜਾਬ ਨਾਵਾਂ ਦੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਵੱਧ ਤੋਂ ਵੱਧ ਪੰਜਾਬ ਨਾਵਾਂ ਨੂੰ ਸ਼ੇਅਰ ਕਰੋ ਔਰ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ, ਥੈਂਕ ਯੂ।